ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ। ਅੱਜ 78ਵਾਂ ਆਜ਼ਾਦੀ ਦਿਹਾੜੇ ਤੇ ਜਿੱਥੇ ਪੂਰੇ ਦੇਸ਼ 'ਚੋਂ ਤਸਵੀਰਾਂ ਆ ਰਹੀਆਂ ਨੇ ਉੱਥੇ ਹੀ ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਭਵਾਨੀਗੜ੍ਹ ਵਿਖੇ। ਇੱਕ ਪਾਸੇ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਮੁੱਖ ਮਹਿਮਾਨ ਦੇ ਤੌਰ 'ਤੇ SDM ਸਾਹਿਬ ਭਵਾਨੀਗੜ੍ਹ ਨਜ਼ਰ ਆ ਰਹੇ ਨੇ ਅਤੇ ਦੂਸਰੇ ਪਾਸੇ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਅਤੇ ਤੀਸਰੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਸੰਗਰੂਰ ਤੋਂ ਦਿਖਾ ਰਿਹਾ। ਪੁਲਿਸ ਲਾਈਨ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਉਚੇਚੇ ਤੌਰ 'ਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ ਹੈ। ਤਸਵੀਰਾਂ ਤੁਹਾਨੂੰ ਤਿੰਨਾਂ ਪ੍ਰੋਗਰਾਮਾਂ ਦੀਆਂ ਦਿਖਾ ਰਹੇ ਹਾਂ, ਤੁਹਾਨੂੰ ਉੱਥੇ ਲੈ ਚੱਲਦੇ ਹਾਂ। ਸੂਬੇ ਦੇ ਵੱਖ ਵੱਖ ਹਿੱਸਿਆਂ 'ਚੋਂ ਆਈਆਂ ਤਸਵੀਰਾਂ ਦੇ ਵਿੱਚ ਦੇਸ਼ ਪਿਆਰ ਦੇ ਗੀਤ ਨੇ, ਸਕੂਲੀ ਵਿਦਿਆਰਥੀਆਂ ਵੱਲੋਂ ਗਾਇਨ ਕੀਤੇ ਗਏ ਨੇ, ਉੱਥੇ ਗਿੱਧੇ ਭੰਗੜੇ ਦੇ ਜੌਹਰ ਵੀ ਵਿਖਾਏ ਜਾ ਰਹੇ ਨੇ। ਸੋ ਤੁਹਾਨੂੰ ਉੱਥੇ ਲੈ ਚੱਲਦੇ ਹਾਂ, ਸੁਣਾਉਂਦੇ ਹਾਂ SDM ਸਾਹਿਬ ਭਵਾਨੀਗੜ੍ਹ ਦਾ ਕੀ ਕਹਿਣਾ ਹੈ, ਕੀ ਕਹਿਣਾ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ ਜੀ ਦਾ। ਅਤੇ ਉੱਥੇ ਹੀ ਸੰਗਰੂਰ ਵਿਖੇ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕੀ ਕਹਿਣਾ, ਤੁਹਾਨੂੰ ਉੱਥੇ ਲੈ ਚੱਲਦੇ ਹਾਂ। ਅੱਜ ਇੱਥੇ ਬਹੁਤ ਹੀ ਉਤਸ਼ਾਹ ਨਾਲ 78ਵਾਂ ਜਿਹੜਾ ਆਜ਼ਾਦੀ ਦਿਵਸ ਹੈ ਇੱਥੇ ਭਵਾਨੀਗੜ੍ਹ ਵਿਖੇ ਸਾਡਾ ਰੰਗਾਰੰਗ ਪ੍ਰੋਗਰਾਮ ਹੋ ਰਿਹਾ, ਇਸ ਟਾਈਮ ਕਲਚਰ ਪ੍ਰੋਗਰਾਮ ਚੱਲ ਰਿਹਾ ਹੈ। ਬਹੁਤ ਹੀ ਉਤਸ਼ਾਹ ਨਾਲ ਬੱਚੇ ਇਸ 'ਚ ਪਾਰਟੀਸਪੇਟ ਕਰ ਰਹੇ ਨੇ। ਇੱਕ ਨਸ਼ਿਆਂ 'ਤੇ ਵੀ ਬੱਚਿਆਂ ਨੇ ਇੱਕ ਸਕਿੱਟ ਬਣਾਈ ਹੈ ਜਿਸ 'ਚ ਬਹੁਤ ਹੀ ਵਧੀਆ ਉਹਨਾਂ ਵੱਲੋਂ ਇੱਕ ਪੇਸ਼ਕਾਰੀ ਕੀਤੀ ਜਾ ਰਹੀ ਹੈ। ਬਾਕੀ ਜੋ ਸਾਡੇ ਮਾਰਚ ਪਾਸ ਅਤੇ ਬਾਕੀ ਪ੍ਰੋਗਰਾਮ ਕੰਕਲੂਡ ਹੋ ਚੁੱਕੇ ਹਨ, ਮੈਂ ਭਵਾਨੀਗੜ੍ਹ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਇਸ ਆਜ਼ਾਦੀ ਦਿਵਸ 'ਤੇ ਕਿ ਬਹੁਤ ਹੀ ਮਿਹਨਤ ਸਦਕਾ, ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ। ਇਸ ਵਿੱਚ ਸਾਡੇ ਜੋ ਕਿੱਤੇ ਨੇ, ਸਾਨੂੰ ਜੋ ਵੀ ਕੰਮਕਾਜ ਕਰਦੇ ਹਾਂ ਉਸ 'ਚ ਆਪਾਂ ਬਹੁਤ ਹੀ ਦ੍ਰਿੜਤਾ ਨਾਲ, ਇਮਾਨਦਾਰੀ ਨਾਲ, ਸ਼ਰਧਾ ਨਾਲ ਆਪਾਂ ਉਸ ਕੰਮ ਨੂੰ ਕਰਦੇ ਰਹੀਏ ਤਾਂ ਕਿ ਇਹ ਜਿਹੜੀ ਬਹੁਤ ਹੀ ਕੁਰਬਾਨੀਆਂ ਬਲਿਦਾਨੀਆਂ ਤੋਂ ਬਾਅਦ ਜਿਹੜੀ ਆਜ਼ਾਦੀ ਮਿਲੀ ਹੈ ਇਹਨੂੰ ਅਸੀਂ ਗਵਾ ਨਾ ਲਈਏ, ਇਹਨੂੰ ਅਸੀਂ ਇਹਦਾ ਲਾਭ ਉਠਾ ਸਕੀਏ ਅਤੇ ਸਾਡੇ ਜਿਹੜੇ ਸ਼ਹੀਦ ਹੈ ਉਹਨਾਂ ਨੇ ਜੋ ਕੁਰਬਾਨੀ ਦਿੱਤੀ ਸੀ ਉਹਦਾ ਮੁੱਲ ਪੈ ਸਕੇ। ਥੈਂਕ ਯੂ। ਨਾਮ ਸਿੰਘ SHO ਥਾਣਾ ਭਵਾਨੀਗੜ੍ਹ। ਭਵਾਨੀਗੜ੍ਹ ਦੇ ਵਸਨੀਕਾਂ ਨੂੰ ਅਪੀਲ ਕਰਦਾ ਕਿ ਉਹ ਉਹਨਾਂ ਨੂੰ ਵਧਾਈ ਵੀ ਦੇਣਾ ਆਜ਼ਾਦੀ ਦਿਵਸ ਦੀ ਸਾਰਿਆਂ ਨੂੰ, ਅਤੇ ਅਪੀਲ ਵੀ ਕਰਦਾ ਕਿ ਜੋ ਵੀ ਵਿਅਕਤੀ, ਕੋਈ ਬੱਚਾ, ਕੋਈ ਨਸ਼ਾ ਵਗੈਰਾ ਕਰਦਾ, ਆਪਾਂ ਅੱਜ ਆਜ਼ਾਦੀ ਵਾਲੇ ਦਿਨ ਪ੍ਰਣ ਕਰੀਏ ਕਿ ਉਹਦੇ ਆਪਾਂ ਨਸ਼ਾ ਛਡਾਈਏ ਅਤੇ ਆਪਣੇ ਦੇਸ਼ ਦੀ ਆਜ਼ਾਦੀ ਜੋ ਮਿਲੀ ਹੈ ਇਹਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਈਏ ਤਾਂ ਜੋ ਇਹ ਆਜ਼ਾਦੀ ਸਾਡੀ ਕਾਇਮ ਰਹਿ ਸਕੇ। ਮੈਂ ਦੁਬਾਰਾ ਫਿਰ ਭਵਾਨੀਗੜ੍ਹ ਵਾਸੀਆਂ ਨੂੰ ਆਜ਼ਾਦੀ ਦਿਵਸ 'ਤੇ ਵਧਾਈ ਦੇਣਾ। ਥੈਂਕ ਯੂ। ਮੇਰਾ ਨਾਮ ਨਰਿੰਦਰ ਸਿੰਘ, ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ। ਪ੍ਰਧਾਨ ਜੀ, ਅੱਜ ਨਗਰ ਕੌਂਸਲ ਦੇ ਵਿੱਚ ਝੰਡੇ ਦੀ ਰਸਮ ਅਦਾ ਕੀਤੀ ਸੀ, ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਵਸ 'ਤੇ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਨਗਰ ਕੌਂਸਲ ਭਵਾਨੀਗੜ੍ਹ ਵਿਖੇ ਅਸੀਂ ਸਮੂਹ ਸਟਾਫ, MC ਸਾਹਿਬਾਨ ਅਤੇ ਪ੍ਰਧਾਨ ਨਗਰ ਕੌਂਸਲ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ, ਜੋ ਕਿ 7:55 'ਤੇ ਝੰਡੇ ਦੀ ਰਸਮ ਅਦਾ ਹੋਈ। ਅਤੇ ਅਸੀਂ ਇਸ ਮੌਕੇ ਉੱਪਰ ਆਪਣੇ ਸ਼ਹੀਦਾਂ ਨੂੰ, ਜਿਨ੍ਹਾਂ ਕਰਕੇ ਸਾਨੂੰ ਆਜ਼ਾਦੀ ਮਿਲੀ, ਉਹਨਾਂ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਪ੍ਰਣਾਮ ਵੀ ਕੀਤਾ। ਅਤੇ ਅੱਗੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਦੇਸ਼ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀਆਂ ਨੂੰ, ਸਭ ਨੂੰ ਇਸ ਆਜ਼ਾਦੀ ਦੇ ਦਿਹਾੜੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆਪਣੇ ਵੱਲੋਂ ਅਤੇ ਸਾਡੇ ਸਮੂਹ ਸਟਾਫ ਵੱਲੋਂ, ਸਾਡੀ ਨਗਰ ਕੌਂਸਲ ਭਵਾਨੀਗੜ੍ਹ ਵੱਲੋਂ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ।
ਔਰ ਸਮੁੱਚੇ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ। ਔਰ ਕਾਮਨਾ ਕਰਦਾ ਕਿ ਜਿਹੜਾ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਰੰਗਲਾ ਪੰਜਾਬ ਬਣਾਉਣ ਦਾ, ਹੱਸਦਾ ਖੇਡਦਾ ਪੰਜਾਬ ਬਣਾਉਣ ਦਾ, ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਉਹ ਖੁਦ ਵੀ ਮਿਹਨਤ ਕਰਦੇ ਹਨ ਔਰ ਸਾਨੂੰ ਵੀ ਪ੍ਰੇਰਦੇ ਹਨ। ਅਤੇ ਅਸੀਂ ਸਾਰੀ ਜਿਹੜੀ ਟੀਮ ਹੈ ਜੋ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ, ਅਸੀਂ ਦਿਨ ਰਾਤ ਇੱਕ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਖੇੜੇ ਦੁਬਾਰਾ ਆਉਣ ਔਰ ਇੱਥੇ ਫਿਰ ਜਿਹੜੀਆਂ ਹੈਗੀਆਂ ਉਹ ਮਤਲਬ ਦੁੱਧ ਦੀਆਂ ਜਿਹੜੀਆਂ ਨਹਿਰਾਂ ਉਹ ਵਗਣ, ਅਤੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਕੁਰੀਤੀਆਂ ਹੋਈਆਂ ਉਹਨਾਂ ਸਾਰੀਆਂ ਨੂੰ ਅਸੀਂ ਓਵਰਕਮ ਕਰਾਂਗੇ। ਚਾਹੇ ਉਹ ਗੈਂਗਸਟਰਵਾਦ ਦਾ ਦੌਰ ਹੈ, ਚਾਹੇ ਨਸ਼ਿਆਂ ਦਾ ਦੌਰ ਹੈ, ਇਹਨੂੰ ਅਸੀਂ ਓਵਰਕਮ ਕਰਾਂਗੇ ਔਰ ਉਸ ਵੱਲ ਅਸੀਂ ਪਲਾਂਘਾ ਪੁੱਟ ਰਹੇ ਹਾਂ। ਬਹੁਤ ਸਾਰੀਆਂ ਗ੍ਰੀਨ ਸ਼ੂਟਸ ਹੈਗੀਆਂ, ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਦੇਸ਼ ਦਾ ਮੋਹਰੀ ਸੂਬਾ ਬਣੇਗਾ ਜੀ। ਹਾਂਜੀ, ਅਸੀਂ ਬਹੁਤ ਸਾਰੇ ਜੀ ਹੁਣ ਰੀਸੈਂਟਲੀ ਅਸੀਂ ਜਿਹੜੇ ਹੈਗੇ ਆ 980 ਦੇ ਕਰੀਬ ਜਿਹੜੇ ਨਰਸਿਸ ਹੈਗੀਆਂ ANM ਕਹਿੰਦੇ ਆ, MPHW ਫੀਮੇਲ, ਮਲਟੀਪਰਪਸ ਹੈਲਥ ਵਰਕਰ ਫੀਮੇਲ, ਉਹਨਾਂ ਦੀ ਜਿਹੜੀ ਰਿਕਰੂਟਮੈਂਟ ਆ ਉਹ ਮੁਕੰਮਲ ਹੋ ਚੁੱਕੀ ਆ। 400 ਤੋਂ ਵੱਧ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਹੈ, ਉਹ 2 ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ। ਇਸ ਤੋਂ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਿਆ ਜੀ 842, ਉਹ ਆਪਾਂ ਗਿਣਦੇ ਨਹੀਂ ਹਾਂ, ਲੇਕਿਨ ਉਹਨਾਂ ਦੇ ਵਿੱਚ ਇੱਕ ਡਾਕਟਰ, ਇੱਕ ਕਲੀਨਿਕਲ ਅਸਿਸਟੈਂਟ ਔਰ ਇੱਕ ਜਿਹੜਾ ਹੈਗੇ ਉਹਨਾਂ ਦੇ ਵਿੱਚ ਫਾਰਮਾਸਿਸਟ ਔਰ ਇੱਕ ਜਿਹੜਾ ਕਲਾਸ 4 ਆ, ਉਹ ਤਕਰੀਬਨ 32,000 ਲੋਕਾਂ ਨੂੰ ਜਿਹੜੀ ਹੈਗੀ ਆ, 3,200 ਲੋਕਾਂ ਨੂੰ ਜਿਹੜੀ ਹੈਗੀ ਆ ਉਹਦੇ ਨਾਲ ਨੌਕਰੀ ਵੀ ਮਿਲੀ ਆ, ਲੋਕਾਂ ਨੂੰ ਸਹੂਲਤ ਮਿਲ ਰਹੀ ਆ, ਉਹਦੇ ਵਿੱਚ ਅਸੀਂ ਉਹ ਸਟਾਫ ਨੂੰ ਰਿਕਰੂਟ ਕੀਤਾ। ਇਸ ਤੋਂ ਸਿਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ MPHW ਫੀਮੇਲ ਦੀ ਹੋ ਗਈ ਆ, ਹੁਣ ਮੇਲ ਦੀ ਹੋਏਗੀ, ਫਾਰਮਾਸਿਸਟ, ਲੈਬ ਅਸਿਸਟੈਂਟ, OT ਅਸਿਸਟੈਂਟ, ਇਹਨਾਂ ਸਾਰਿਆਂ ਦੀ ਭਰਤੀ ਚੱਲਦੀ ਪਈ ਹੈ ਜੀ। ਇਹ ਬਹੁਤ ਲੰਬੇ ਸਮੇਂ ਤੋਂ ਰੁਕੀ ਸੀ, ਬਹੁਤ ਸਾਰੇ ਸਪੈਸ਼ਲਿਸਟ ਅਸੀਂ ਡਾਕਟਰ ਰੱਖੇ ਆ। ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਹੈ ਕਿ ਸਾਡੇ ਕੋਲ ਹਰ ਸਾਲ ਡਾਕਟਰ ਪੋਸਟ ਗ੍ਰੈਜੂਏਸ਼ਨ ਸਪੈਸ਼ਲਿਸਟ ਬਣ ਜਾਂਦੇ ਆ, ਜਦੋਂ ਉਹ ਬੌਂਡ ਭਰਦੇ ਆ, ਜਦੋਂ ਵਾਪਸ ਆਉਂਦੇ ਆ, ਉਹਦਾ ਕੋਈ ਮੈਕਨਿਜ਼ਮ ਨਹੀਂ ਸੀਗਾ, ਉਹ ਮਾਨ ਸਰਕਾਰ ਨੇ ਪਹਿਲੀ ਵਾਰੀ ਅਸੀਂ ਸਾਰਾ ਉਹ ਤਿਆਰ ਕਰ ਦਿੱਤਾ ਕਿ ਜਦੋਂ ਆਉਣਗੇ ਉਹ ਬੌਂਡ, ਜਿਹੜਾ ਨੇ ਬੌਂਡ ਭਰਿਆ ਹੋਇਆ ਉਹ ਮਤਲਬ ਕਿਸੇ ਦਾ 2 ਸਾਲ ਹੈ, ਕਿਸੇ ਦਾ 1 ਸਾਲ ਹੈ, ਕਿਸੇ ਦਾ 3 ਸਾਲ ਹੈ, ਉਹ ਆ ਕੇ ਆਪਣੇ ਸਾਡੇ ਜਿਸ ਤਰ੍ਹਾਂ ਤੁਹਾਡੇ ਦਿੜਵਾ ਹੋ ਗਿਆ ਜੀ, ਲਹਿਰਾ ਹੋ ਗਿਆ, ਜਿਹੜੇ ਦੂਰ ਦੁਰਾਡੇ ਦੇ ਲੈ ਕੇ ਅਸ਼ਤਰਾਣਾ ਪਾਤਰਾ ਹੋ ਗਿਆ, ਉੱਥੇ ਉਹ ਸਪੈਸ਼ਲਿਸਟ ਦੀਆਂ ਸਰਵਿਸਿਜ਼ ਦੇਣਗੇ। ਔਰ ਨਵੇਂ ਮੈਡੀਕਲ ਕਾਲਜ ਖੁੱਲ੍ਹ ਰਹੇ ਆ, ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਰੀ ਸਾਇੰਸਿਸ ਬਣ ਰਿਹਾ, ਸੋ ਡਾਕਟਰਾਂ ਵਾਸਤੇ ਪ੍ਰਮੋਸ਼ਨ ਦੇ ਐਵੀਨਿਊ ਪੰਜਾਬ 'ਚ ਬਹੁਤ ਹੈ। ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਡਾਕਟਰਾਂ ਨੂੰ, ਸਾਰਿਆਂ ਨੂੰ ਵੀ ਆਓ, ਭਰ ਰਲ ਕੇ ਹਮਲਾ ਮਾਰੀਏ ਪੈਰਾਮੈਡੀਕਲਸ ਨੂੰ। ਹਰ ਬ੍ਰਾਂਡ ਵਿੱਚ ਨਮਕ ਅਤੇ ਚੀਨੀ ਵਿੱਚ ਮਾਈਕਰੋ ਪਲਾਸਟਿਕ ਪਾਇਆ ਗਿਆ ਕਰਨਾ, ਹਾਂਜੀ ਹਾਂ ਬਿਲਕੁਲ ਕਰਾਂਗੇ ਜੀ। ਅਸੀਂ ਇਹਦੇ 'ਚ ਅਸੀਂ ਬਹੁਤ ਸਾਰੇ ਮਾਮਲੇ ਦਰਜ ਕੀਤੇ ਆ ਲੋਕਾਂ ਦੇ, ਅਸੀਂ ਮਤਲਬ ਖਾਸ ਕਰਕੇ ਜਿਹੜਾ ਮਿਲਾਵਟ ਹੁੰਦੀ ਆ ਨਾ ਜੀ, ਜਿਵੇਂ ਤੁਸੀਂ ਕਿਹਾ ਇਹ ਮਸਾਲਿਆਂ ਦੇ ਵਿੱਚ ਹੁੰਦੀ ਆ ਜੀ, ਇਹ ਦੁੱਧ 'ਚ ਹੁੰਦੀ ਆ, ਪਨੀਰ 'ਚ ਹੁੰਦੀ ਆ, ਸੋ ਇਹਨਾਂ ਦੀ ਅਸੀਂ ਟੈਸਟਿੰਗ ਕਰਦੇ ਹਾਂ ਰੋਜ਼, ਜਿਹੜੇ ਅਸੀਂ ਸੈਂਪਲ ਭਰਦੇ ਹਾਂ ਔਰ ਇਹਨੂੰ ਅਸੀਂ ਜਿਹੜਾ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਹੁਣ ਕਰਨ ਜਾ ਰਹੇ ਹਾਂ, ਅਸੀਂ ਇਹ ਵੀ ਦੱਸਾਂਗੇ ਤੁਹਾਡੇ ਸਬਜ਼ੀਆਂ ਦੇ ਵਿੱਚ ਪੈਸਟੀਸਾਈਡਸ ਕਿੰਨੇ ਆ, ਤੁਹਾਡੇ ਅਨਾਜ ਜਿਹੜਾ ਤੁਸੀਂ ਖਾਣਾ ਖਾਂਦੇ ਉਹਦੇ 'ਚ ਇਨਸੈਕਟੀਸਾਈਡਸ ਪੈਸਟੀਸਾਈਡਸ ਕਿੰਨੇ ਆ, ਫੰਗਲ ਇੰਡੋਟੋਕਸਿਨਸ ਕਿੰਨੇ ਆ, ਹੈਵੀ ਮੈਟਲਸ ਕਿੰਨੇ ਆ ਤੁਹਾਡੇ ਖਾਣੇ ਦੇ ਵਿੱਚ। ਸੋ ਇਹ ਜਿਹੜੇ ਨਵੇਂ ਟੈਸਟ ਆ, ਅਸੀਂ ਇਹ ਸ਼ੁਰੂ ਕਰਨ ਦੇ ਵਿੱਚ ਸਾਡੀ ਜਿਹੜੀ ਲੈਬੋਰਟਰੀ ਅਸੀਂ ਅਪਗ੍ਰੇਡ ਕਰ ਲਈ ਆ ਖਰੜ ਵਾਲੀ। ਇਸ ਤੋਂ ਸਿਵਾਏ ਅਸੀਂ ਜਿਹੜਾ ਹੈਗਾ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੋਬਾਈਲ ਅਸੀਂ ਵੈਨ ਭੇਜੀ ਆ, ਮੈਂ ਤੁਹਾਡੇ ਥਰੂ ਬੇਨਤੀ ਕਰਦਾ ਕਿ ਉਹਦਾ ਫਾਇਦਾ ਉਠਾਓ, ਸਾਡੇ ਸਿਹਤ ਮਹਿਕਮੇ ਨਾਲ ਸੰਪਰਕ ਕਰੋ, ਉਹ ਤੁਹਾਡੀ ਦੁਕਾਨ 'ਤੇ ਆ ਕੇ ਸਿਰਫ 50 ਰੁਪਏ ਲੈਣਗੇ, ਕੋਈ ਜੁਰਮਾਨਾ ਨਹੀਂ ਕਰਨਗੇ, ਤੁਹਾਨੂੰ ਦੱਸ ਦੇਣਗੇ ਜਿਹੜਾ ਤੁਸੀਂ ਲੋਕਾਂ ਨੂੰ ਦੁੱਧ ਪਿਲਾ ਰਹੇ ਹੋ, ਪਨੀਰ ਵਰਤ ਰਹੇ ਹੋ, ਸਾਫ਼ ਹੈ ਕਿ ਨਹੀਂ ਸਾਫ਼, ਉਹ ਟੈਸਟ ਕਰਕੇ ਤੁਹਾਨੂੰ ਮੌਕੇ 'ਤੇ ਦੱਸ ਦੇਣਗੇ ਔਨ ਦਾ ਸਪੋਟ। ਮੈਂ ਸਲੂਟ ਕਰਦਾ ਜੀ, ਇਹ ਜਵਾਨ ਮੈਨੂੰ ਉਹਨਾਂ ਜਵਾਨਾਂ ਦੀ ਯਾਦ ਦਿਲਾਉਂਦੇ ਆ ਜਿਹੜੇ ਸਿਆਚਨ ਗਲੇਸ਼ੀਅਰ ਦੇ ਵਿੱਚ ਚਾਈਨਾ ਦੇ ਬਾਰਡਰ ਦੇ ਉੱਤੇ ਹਨੇਰੀਆਂ ਦੇ ਵਿੱਚ ਮਾਈਨਸ ਟੈਂਪਰੇਚਰ 'ਤੇ, -20, -30, ਜਿੱਥੇ ਤੁਸੀਂ ਹੱਥ ਬਾਹਰ ਕੱਢੋਗੇ ਹੱਥ ਥੋੜ੍ਹਾ ਨੀਲਾ ਹੋ ਜਾਏਗਾ ਔਰ ਕੱਟਣਾ ਪੈ ਜਾਏਗਾ, ਇਹੋ ਜਿਹੀ ਸਰਦੀ ਦੇ ਵਿੱਚ ਜਿਹੜੇ ਸਾਡੇ ਜਵਾਨ ਹੈ
ਇਸੇ ਕਰਕੇ ਮਾਨ ਸਾਹਿਬ ਨੇ ਉਹਨਾਂ ਦਾ ਜਿਹੜਾ ਸਨਮਾਨ ਪੱਤਾ ਹੈਗਾ, ਜਦੋਂ ਰੱਬ ਨਾ ਕਰੇ ਜਦੋਂ ਕੋਈ ਆਪਣਾ ਦੇਸ਼ ਤੋਂ ਜਾਨ ਵਾਰ ਜਾਂਦਾ ਉਹਨਾਂ ਦੇ ਪਰਿਵਾਰਾਂ ਦੀ ਬਾਂਹ ਫੜੀ ਹੈ ਜੀ। ਔਰ ਇਹ ਮਾਨ ਸਾਹਿਬ ਦਾ ਜਿਹੜਾ ਮਾਡਲ ਹੈ ਇਹ ਪੂਰੇ ਦੇਸ਼ ਦੇ ਵਿੱਚ ਉਹਦੀ ਤਾਰੀਫ ਹੋ ਰਹੀ ਹੈ ਵੀ ਉਹਦੇ 'ਚ 60% ਉਹਦੀ ਪਤਨੀ ਨੂੰ ਅਤੇ 40% ਉਹਦੇ ਮਾਪਿਆਂ ਨੂੰ ਵੀ ਉਹਨਾਂ ਦਾ ਵੀ ਉਹਨਾਂ ਦਾ ਧਿਆਨ ਕਰਨਾ ਚਾਹੀਦਾ ਸੀ। ਹੈ ਜੀ ਹਾਂ, ਅਸੀਂ ਮੈਂ ਕਹਿ ਰਿਹਾ ਜੀ ਅਸੀਂ ਜਿੰਨੇ ਕੋਈ ਰਿਸ਼ਵਤਖੋਰ ਹੈ ਮਿਲਾਵਟਖੋਰ ਹੈ ਇਹਨਾਂ ਨੂੰ ਨਹੀਂ ਬਖਸ਼ਾਂਗੇ, ਇਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ। ਨਸ਼ੇ ਦੇ ਸਮਗਲਰ ਹੈ ਉਹਨਾਂ ਵਾਸਤੇ ਜ਼ੀਰੋ ਟੋਲਰੈਂਸ ਹੈ। ਹਾਂ, ਜਿਹੜੇ ਨਸ਼ਾ ਕਰਦੇ ਆ ਉਹਨਾਂ ਨਾਲ ਹਮਦਰਦੀ ਆ, ਉਹ ਸਾਡੇ ਕੋਲ ਆਓ, ਇਲਾਜ ਕਰਾਂਗੇ ਤੁਹਾਡਾ, ਤੁਹਾਡੀ ਕੌਂਸਲਿੰਗ ਕਰਾਂਗੇ, ਯੋਗਾ ਸਿਖਾਵਾਂਗੇ, ਕੋਈ ਨਾ ਕੋਈ ਕੰਮ ਸਿਖਾਵਾਂਗੇ ਅਤੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ। ਨਵੇਂ ਉਪਰਾਲੇ ਕਰ ਰਹੇ ਹਾਂ, ਆਓ ਰਲ ਕੇ ਹਮਲਾ ਮਾਰੀਏ, ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ। ਬਹੁਤ ਬਹੁਤ ਧੰਨਵਾਦ। ਉਹ ਤੁਹਾਡੇ ਨਾ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ CT MRI ਮੇਰਾ ਖਿਆਲ ਜਿਹੜੇ ਕਰਸਨਾ ਡਾਇਗਨੋਸਟਿਕ ਦੇ ਵਿੱਚ ਹੈਗਾ ਨਾ ਜੀ, ਉਹ ਤਾਂ ਤੁਹਾਡੇ ਪੈਟ ਸਕੈਨ ਵੀ ਲੱਗਣ ਜਾ ਰਿਹਾ ਬਹੁਤ ਜਲਦੀ। ਸੋ ਇੱਥੇ ਮੈਡੀਕਲ ਕਾਲਜ ਬਣਨ ਜਾ ਰਿਹਾ ਬਹੁਤ ਜਲਦੀ, ਉਹ ਅਸੀਂ ਫਾਈਨਲ ਸਟੇਜਸ ਦਾ, ਥੋੜ੍ਹਾ ਜਿਹਾ ਲੈਂਡ ਦਾ ਡਿਸਪਿਊਟ ਹੋ ਗਿਆ ਸੀ, ਨਹੀਂ ਹੁਣ ਤੱਕ ਬਣ ਜਾਣਾ ਸੀਗਾ। ਸੋ ਅਤਿ ਆਧੁਨਿਕ ਸਹੂਲਤਾਂ ਦੇਵਾਂਗੇ ਜੀ, 3 ਹਸਪਤਾਲ ਤੁਹਾਡੇ ਧੂਰੀ ਦੇ ਵਿੱਚ, ਕੌਰੀਆਂ ਦੇ ਵਿੱਚ ਔਰ ਚੀਮੇ ਦੇ ਵਿੱਚ ਜਿਹੜੇ ਹੈਗੇ ਆ ਉਹ ਨਵੇਂ ਬਣ ਰਹੇ ਆ, ਬਿਲਕੁਲ ਕਾਰਪੋਰੇਟ ਹੋਸਪਿਟਲ ਵਰਗੇ ਬਣਾ ਰਹੇ ਹਾਂ ਜੀ। ਤੁਸੀਂ ਜਦੋਂ ਬਣ ਜਾਣਗੇ ਜੀ, ਮਤਲਬ ਮੈਨੂੰ ਲੱਗਦਾ ਵੀ ਇਸ ਸਾਲ ਦੇ ਅਖੀਰ ਤੱਕ ਜਾਂ ਅਰਲੀ ਨੈਕਸਟ ਈਅਰ ਉਹਨਾਂ ਦੀ ਇਨਾਗੁਰੇਸ਼ਨ ਕਰਾਂਗੇ, ਤੁਸੀਂ ਦੇਖੋਗੇ ਬਿਲਕੁਲ ਕਾਰਪੋਰੇਟ ਹੋਸਪਿਟਲ ਵਰਗੇ, ਔਰ ਸਟਾਫ ਨਵਾਂ ਭਰਤੀ ਕਰ ਰਿਹਾ ਉਹਨਾਂ ਦਾ।